ਮੁਰਦਾਬਾਦ 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 ਅਫਸਰ ਸ਼ਾਹੀ ਹੋ ਬਰਬਾਦ ਹੋ ਬਰਬਾਦ ਹੋ ਬਰਬਾਦ ਕੇਵਲ ਸਰਜਨ ਹਾਏ 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 ਕੇਵਲ ਸਰਜਨ ਬਿੰਡਾ ਮੁਰਦਾਬਾਦ 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 ਅਸਲ ਦੇ ਵਿੱਚ ਕੱਲ੍ਹ ਕੋਈ PNDT ਦੇ ਤਹਿਤ ਕੋਈ ਕਾਰਵਾਈ ਕੀਤੀ ਗਈ ਸੀ ਸਿਵਲ ਸਰਵਿਸ ਦਫ਼ਤਰ ਦੁਆਰਾ, ਜਿਹਦੇ ਵਿੱਚ ਸਾਡਾ ਇੱਕ ਮੁਲਾਜ਼ਮ ਇੱਕ ਫਾਲਤੂ ਤਰੀਕੇ ਦੇ ਨਾਲ ਗੈਰ ਜ਼ਿੰਮੇਵਾਰਾਂ ਤਰੀਕੇ ਨਾਲ ਜੋ ਮਹਿਕਮੇ ਨਾਲੇ ਉਹਦੇ 'ਤੇ ਕਿਸੇ ਤਰ੍ਹਾਂ ਦਾ ਪਰਚਾ ਪਾ ਕੇ ਉਹਨੂੰ ਗ੍ਰਿਫਤਾਰ ਕੀਤਾ ਜਾਂ ਰੂਪੋਸ਼ ਕੀਤਾ ਗਿਆ। ਸਾਡੇ ਸਾਹਮਣੇ ਉਹਦੇ ਕੋਈ ਵੇਅਰ ਅਬਾਊਟ ਹੈ ਨਹੀਂ ਉਹ ਕੁਛ ਕੀਤੇ, ਤਾਂ ਸਾਡੀ ਇਹ ਮੰਗ ਪਹਿਲੀ ਸਿਵਲ ਸਰਵਿਸ ਦਫ਼ਤਰ ਨੂੰ ਰਹੂਗੀ ਕਿ ਜੇ ਇਸ ਤਰ੍ਹਾਂ ਦੇ ਕੋਈ ਮੁਲਾਜ਼ਮ ਜਿਹੜੇ ਕਿਸੇ ਕਾਰਵਾਈ ਦੇ ਵਿੱਚ ਲੈ ਕੇ ਜਾਏ ਜਾਂਦੇ ਆ ਤਾਂ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਸੰਬੰਧਿਤ ਅਧਿਕਾਰੀਆਂ ਦੀ ਹੁੰਦੀ ਹੈ ਜਿਨ੍ਹਾਂ ਦੀ ਅਗਵਾਈ ਹੇਠੋਂ ਜਾਂਦਾ ਹੈ। ਤਾਂ ਸਾਨੂੰ ਇੱਕ ਤਾਂ ਇਹ ਜਾਣਕਾਰੀ ਮਿਲਣੀ ਚਾਹੀਦੀ ਵੀ ਸਾਡੇ ਜਿਹੜਾ ਮੁਲਾਜ਼ਮ ਗਿਆ ਹੈਗਾ ਉਹਦਾ ਵੇਅਰ ਅਬਾਊਟ ਕੀ ਨੇ, ਕਿੱਥੇ ਨੇ, ਕੀ ਉਹਦਾ ਸਟੇਟਸ ਹੈ, ਕੀ ਹੈ। ਅਤੇ ਦੂਸਰਾ ਜਿਹੜਾ ਸਿਵਲ ਸਰਜਨ ਦਫ਼ਤਰ ਜੋ ਦੂਜੇ ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਕਰਨ ਜਾਂਦੇ ਆ ਤਾਂ ਸੰਬੰਧਿਤ ਅਧਿਕਾਰੀਆਂ ਨਾਲ ਤਾਲਮੇਲ 'ਚ ਹੁੰਦੇ ਆ, ਤਾਂ ਉਹਨਾਂ ਵੱਲੋਂ ਵੀ ਕੋਆਪਰੇਸ਼ਨ ਮਿਲਣੀ ਚਾਹੀਦੀ ਹੈ। ਇਸ ਤਰ੍ਹਾਂ ਦੀਆਂ ਮਨੋਬਲ ਡਿੱਗਣ ਵਾਲੀਆਂ ਕਾਰਵਾਈਆਂ ਦੇ ਨਾਲ ਸਾਡਾ ਪਹਿਲੀ ਮਨੋਬਲ ਡਿੱਗਦਾ ਅਤੇ ਅਸੀਂ ਜਿਹੜੇ ਮੁਲਾਜ਼ਮ ਵਰਗ ਹੈ ਉਹ ਇਸ ਤਰੀਕੇ ਦੀਆਂ ਕਾਰਵਾਈਆਂ ਦੇ ਵਿੱਚ ਫਿਰ ਹਿੱਸਾ ਨਹੀਂ ਲੈਂਦੇ। ਇਸ ਕਰਕੇ ਹਾਂਜੀ ਹਾਂ ਫਿਲਹਾਲ ਅਸੀਂ ਬੰਦ ਕੀਤੀ ਹੈ ਜੀ। 12:30 ਵਜੇ ਸਾਡੀ ਸਿਵਲ ਸਰਵਿਸ ਸਾਹਿਬ ਨਾਲ ਮੀਟਿੰਗ ਹੈ, ਅਸੀਂ ਉਹਨਾਂ ਨਾਲ ਆਪਣੀ ਗੱਲਬਾਤ ਰੱਖਦੇ ਹਾਂ ਅਤੇ ਉਹਨਾਂ ਦੇ ਜਵਾਬ ਦੇ ਉੱਤੇ ਕਾਫੀ ਕੁਛ ਡਿਪੈਂਡ ਹੈ ਵੀ ਅਸੀਂ ਕਿਵੇਂ ਕਾਰਵਾਈ ਨੂੰ ਅੱਗੇ ਕਰਾਂਗੇ। ਸਾਰੀ ਓਪੀਡੀ ਬੰਦ ਨਹੀਂ, ਹਜੇ ਕੁਛ ਓਪੀਡੀ ਬੰਦ ਕੀਤੀ ਹੈ ਜੀ ਅਸੀਂ, ਕਿਉਂਕਿ ਇਹ ਬੜਾ ਸ਼ਾਰਟ ਨੋਟਿਸ ਹੈ ਅਤੇ ਇੱਕ ਵਾਰੀ ਚੱਲਦੀ ਰੱਖੀ ਹੈ, ਲੇਕਿਨ ਕੁਛ ਵਿਭਾਗਾਂ ਦੇ ਵਿੱਚੋਂ ਕੁਛ ਨੁਮਾਇੰਦੇ ਨਾਲ ਸਾਰੀਆਂ ਜਥੇਬੰਦੀਆਂ ਦੇ ਜਾ ਕੇ ਅਸੀਂ ਆਪਣੀ ਮੰਗ ਰੱਖਦੇ ਹਾਂ, ਉਸ ਤੋਂ ਬਾਅਦ ਅਗਲਾ ਫੈਸਲਾ ਅਸੀਂ ਉਸ ਬਾਰੇ। ਸਾਡੇ ਕੋਲ ਹਲੇ ਜਾਣਕਾਰੀ ਨਹੀਂ ਹੈਗੀ, ਇਸ ਕਰਕੇ ਅਸੀਂ ਕਹਿ ਨਹੀਂ ਸਕਦੇ। ਪਰ ਜਿਹੜਾ ਮੁਲਾਜ਼ਮ ਕਿਸੇ ਟੀਮ ਦੇ ਵਿੱਚ ਗਿਆ ਤਾਂ ਉਹ ਪਹਿਲਾ ਮੁਲਾਜ਼ਮ ਹੈ, ਤਾਂ ਜੇ ਕੁਛ ਵੀ ਉਹਦੇ ਖਿਲਾਫ ਕੁਛ ਵੀ ਜੇ ਕਿਸੇ ਨੂੰ ਕੋਈ ਤੱਥ ਮਿਲਿਆ ਤਾਂ ਉਹ ਸਾਹਮਣੇ ਕਿਤੇ ਜਾਣੇ ਬਣਦੇ ਆ। ਅੱਜ ਦਾ ਜਿਹੜਾ ਮਾਮਲਾ ਹੈ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ, ਪਿਛਲੇ ਦਿਨੀ ਸਿਵਲ ਸਰਜਨ ਬਠਿੰਡਾ ਦੇ ਵੱਲੋਂ ਇੱਕ ਡਿਊਟੀ ਲਾਈ ਗਈ ਸੀ, ਖਾਸ ਕਰਕੇ ਲਿੰਗ ਜਾਂਚ ਦੇ ਸੰਬੰਧੀ ਰੇਡ ਮਾਰਨੀ ਸੀ 9 ਤਰੀਕ ਨੂੰ ਪਾਤੜਾਂ 'ਚ। ਇਹ ਜਿਹੜੀ ਡਿਊਟੀ ਸੀ ਲਿਖਤੀ ਰੂਪ ਦੇ ਵਿੱਚ ਸਿਵਲ ਸਰਜਨ ਦਫ਼ਤਰ ਦੇ ਵੱਲੋਂ ਵੱਖ ਵੱਖ ਕਰਮਚਾਰੀਆਂ ਦੀ ਲਾਈ ਗਈ ਸੀ, ਉਹਦੇ ਵਿੱਚ ਇੱਕ ਸਾਡਾ ਸਾਥੀ ਸੀ ਰਾਜ ਸਿੰਘ ਬਾਰਡ ਅਟੈਂਡੈਂਟ। ਉਸ ਰੇਡ ਦੇ ਦੌਰਾਨ ਉੱਥੇ ਜਾ ਕੇ ਉਹ 9 ਤਰੀਕ ਨੂੰ ਇੱਥੇ ਸਵੇਰੇ 8 ਵਜੇ ਦਫ਼ਤਰੋਂ ਉਸ ਰੇਡ ਟੀਮ ਦੇ ਨਾਲ ਤੁਰਿਆ। ਅੱਗੇ ਜਾ ਕੇ ਉੱਥੇ ਕੀ ਘਟਨਾ ਕ੍ਰਮ ਵਾਪਰਿਆ ਕਿਸੇ ਨੂੰ ਕੋਈ ਪਤਾ ਨਹੀਂ। ਸ਼ਾਮ ਨੂੰ ਉਹ ਘਰ ਨਹੀਂ ਆਇਆ, ਉਹਦੀ ਵਾਈਫ ਨੇ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਉਹਨੇ ਦੱਸਿਆ ਵੀ ਮੈਂ ਬਿਜ਼ੀ ਹਾਂ। ਉਸ ਤੋਂ ਬਾਅਦ ਉਹਦਾ ਰਾਤ ਨੂੰ ਦੇਰ ਰਾਤ ਨੂੰ ਜਣੀ ਇਹ ਫੋਨ ਆਉਂਦਾ ਵੀ ਸਾਨੂੰ ਵਿਜੀਲੈਂਸ ਟੀਮ ਨੇ ਜਿਹੜਾ ਉਹ ਗ੍ਰਿਫਤਾਰ ਕਰ ਲਿਆ, ਮੁਹਾਲੀ ਦੀ ਟੀਮ ਉਹ ਦੱਸਦੀ ਸੀ। ਪਰ ਇੱਥੋਂ ਦਾ ਜਿਹੜਾ ਪ੍ਰਸ਼ਾਸਨ, ਜਿਹੜਾ ਟੀਮ ਇੰਚਾਰਜ ਸੀ DFO ਡਾਕਟਰ ਸੁਖਜਿੰਦਰ ਸਿੰਘ ਗਿੱਲ, ਜਿਹੜਾ ਉਹਨਾਂ ਨੂੰ ਨਾਲ ਲੈ ਕੇ ਗਿਆ ਸੀ, ਉਹਨੇ ਪਰਿਵਾਰ ਨੂੰ ਅਜੇ ਤੱਕ ਆਫੀਸ਼ੀਅਲੀ ਤੌਰ 'ਤੇ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਦਿੱਤੀ। ਸਿਵਲ ਸਰਜਨ ਬਠਿੰਡਾ ਨੇ ਵਿਭਾਗੀ ਤੌਰ 'ਤੇ ਇਸ ਸੰਬੰਧੀ ਕੋਈ ਪੱਤਰ ਜਾਰੀ ਨਹੀਂ ਕੀਤਾ, ਕੋਈ ਪਰਿਵਾਰ ਨੂੰ ਇਸ ਸੰਬੰਧੀ ਆਫੀਸ਼ੀਅਲੀ ਜਾਣਕਾਰੀ ਨਹੀਂ ਦਿੱਤੀ। ਜਾਣੀ ਸੁਣਨ ਦੇ ਵਿੱਚ ਇਹ ਆਇਆ ਵੀ ਜਿਹੜੀ ਉਹ ਵਿਜੀਲੈਂਸ ਟੀਮ ਸੀ ਜਿਹੜੇ ਜਿੱਥੇ ਇਹ ਰੇਡ ਕਰਨ ਗਏ ਸੀ, ਉਸ ਦੌਰਾਨ ਜਾਣੀ ਉਲਟਾ ਟਰੈਪ ਜਿਹੜਾ ਉਹ ਲੱਗਿਆ। ਪਰ ਸਾਡੇ ਜਿਹੜੇ ਅਫਸਰ ਨੇ, ਇਹਨਾਂ ਨੇ ਵਿਜੀਲੈਂਸ ਵਿਭਾਗ ਨੂੰ ਅਜੇ ਤੱਕ ਪੂਰੇ ਪੁਖਤਾ ਸਬੂਤ ਇਸ ਗੱਲ ਦੇ ਹੀ ਨਹੀਂ ਦਿੱਤੇ ਹੈਗੇ ਵੀ ਇਹ ਬੰਦੇ ਜਿਹੜੇ ਸੀਗੇ ਉਹ ਰੇਡ ਕਰਨ ਦੇ ਮਕਸਦ ਨਾਲ ਇੱਥੇ ਪਹੁੰਚੇ ਸੀ, ਨਾ ਇਹਨਾਂ ਨੇ ਉਹਨਾਂ ਦੀ ਕੋਈ ਪੈਰਵਾਈ ਕੀਤੀ ਆ। ਸਾਰੀ ਰਾਤ ਇਹ ਉੱਥੇ ਤੁਰੇ ਫਿਰੇ ਆ, ਇਹਨਾਂ ਨੇ ਕੋਈ ਕਾਰਵਾਈ ਜਿਹੜੀ ਆ ਉਹ ਵਿਭਾਗ ਵੱਲੋਂ ਜਿਹੜਾ ਉਹ ਅਮਲ ਦੇ ਵਿੱਚ ਨਹੀਂ ਲਿਆਂਦੀ, ਜਿਹਦਾ ਕਰਕੇ ਪੂਰੇ ਮੁਲਾਜ਼ਮ ਵਰਗ ਦੇ ਵਿੱਚ ਇਹ ਰੋਸ ਆ ਵੀ ਜਦੋਂ ਇੱਥੋਂ ਵਿਭਾਗ ਜਿਹੜਾ ਉਹਨਾਂ ਦੀ ਸਰਕਾਰੀ ਡਿਊਟੀ ਲਾ ਕੇ ਲੈ ਕੇ ਜਾਂਦਾ,
ਤਾਂ ਲਾਜ਼ਮੀ ਤੌਰ 'ਤੇ ਟੀਮ ਇੰਚਾਰਜ ਦਾ ਹੀ ਫਰਜ਼ ਬਣਦਾ ਵੀ ਜਿੰਨੇ ਬੰਦੇ ਲੈ ਕੇ ਗਿਆ ਉਹਨਾਂ ਨੂੰ ਸੁਰੱਖਿਅਤ ਆਪਣੇ ਘਰ ਪੁੱਜਦਾ ਕੀਤਾ ਜਾਵੇ। ਜੇ ਉਹ ਸੁਰੱਖਿਅਤ ਨਹੀਂ ਆਉਂਦੇ ਤਾਂ ਇਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਟੀਮ ਇੰਚਾਰਜ 'ਤੇ। ਅੱਜ ਅਸੀਂ ਸਾਡੇ ਵੱਲੋਂ ਅਜੇ ਸਿਰਫ ਮੰਗ ਪੱਤਰ ਦੇ ਰਹੇ ਹਾਂ ਅਸੀਂ ਸਿਵਲ ਸਰਜਨ ਬਠਿੰਡਾ ਨੂੰ, ਬਈ ਅਸੀਂ ਆ OPD 12:30 ਉਹਨਾਂ ਨੂੰ ਮਿਲਣ ਦਾ ਟਾਈਮ ਦਿੱਤਾ। ਇੱਥੇ ਅਸੀਂ ਸਾਰੀਆਂ ਐਸੋਸੀਏਸ਼ਨਾਂ ਜਿੰਨੀਆਂ ਵੀ ਬਠਿੰਡੇ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਕੰਮ ਕਰਦੀਆਂ ਨੇ, ਚਾਹੇ ਉਹ NHM ਦੇ ਕਾਮਿਆਂ ਦੀਆਂ ਨੇ, ਚਾਹੇ ਉਹ ਕੱਚੇ ਕਾਮਿਆਂ ਦੀਆਂ ਨੇ, ਚਾਹੇ ਉਹਨਾਂ ਦੇ ਵਿੱਚ ਡਾਕਟਰ ਨੇ, ਚਾਹੇ ਉਹਦੇ 'ਚ ਨਰਸਿੰਗ ਸਟਾਫ ਹੈ, ਚਾਹੇ ਉਹਦੇ 'ਚ ਪੈਰਾਮੈਡੀਕਲ ਕਾਮੇ ਆ, ਚਾਹੇ ਉਹਦੇ 'ਚ ਕਲੈਰੀਕਲ ਕਾਮੇ ਆ, ਚਾਹੇ ਉਹਦੇ 'ਚ ਡਰਾਈਵਰਾਂ ਦੀ ਜਥੇਬੰਦੀ ਆ, ਸਾਰੀਆਂ ਜਥੇਬੰਦੀਆਂ ਨੂੰ ਅਸੀਂ ਇੱਕ ਮੰਚ ਦੇ ਉੱਤੇ ਇਕੱਠਾ ਕੀਤਾ ਅਤੇ ਅਸੀਂ ਪੂਰਨ ਰੂਪ ਦੇ ਵਿੱਚ ਕੰਮ ਜਿਹੜਾ ਮੁਕੰਮਲ ਤੌਰ 'ਤੇ ਬੰਦ ਕਰਾਂਗੇ 12:30 ਤੋਂ ਬਾਅਦ, ਜੇਕਰ ਇਹ ਸਿਵਲ ਸਰਜਨ ਜਿਹੜਾ ਉਹ ਪੂਰਨ ਰੂਪ ਦੇ ਵਿੱਚ ਸਾਡਾ ਜਿਹੜਾ ਮੁਲਾਜ਼ਮ ਸਾਥੀ ਹੈ ਉਸ ਦੀ ਉਹਦੇ ਮਤਲਬ ਖਿਲਾਫ਼ ਕੀਤੀ ਹੋਈ ਕਾਰਵਾਈ ਰੱਦ ਨਹੀਂ ਕਰਵਾਉਂਦਾ ਅਤੇ ਜਿਹੜੇ ਵਿਜੀਲੈਂਸ ਵਿਭਾਗ ਨੇ ਗੈਰ ਜ਼ਿੰਮੇਵਾਰੀ ਨਿਭਾਉਂਦੇ ਹੋਏ ਇਸ ਕਿਸਮ ਦੀ ਉਲਟਾ ਕਾਰਵਾਈ ਕੀਤੀ ਉਹਨਾਂ ਬੰਦਿਆਂ ਦੇ ਉੱਤੇ ਕੇਸ ਦਰਜ ਨੇ। ਹਾਂਜੀ, ਸਿਵਲ ਸਰਜਨ ਨੂੰ ਅਸੀਂ 12:30 ਮਿਲਣਾ, ਕੁਛ ਸਾਥੀ ਜਿਹੜੇ ਸੀਗੇ ਸਿਵਲ ਸਰਜਨ ਨੂੰ ਮਿਲੇ ਸੀ ਉਹਨਾਂ ਨੇ ਇਹ ਗੱਲ ਕਹੀ ਆ ਵੀ ਅਸੀਂ ਇੱਕ ਵਾਰ ਉੱਥੋਂ ਦੇ ਜਿਹੜਾ DC ਹੈ ਉਹਦੇ ਨਾਲ ਪਟਿਆਲੇ ਦੇ DC ਦੇ ਨਾਲ ਗੱਲ ਕੀਤੀ ਹੈ ਫੋਨ 'ਤੇ, ਪਰ DC ਵੱਲੋਂ ਸਿਰਫ ਇਹ ਗੱਲ ਦੱਸਿਆ ਗਿਆ ਵੀ ਉਹਨਾਂ ਦੇ ਉੱਤੇ ਕੇਸ ਦਰਜ ਕਰ ਦਿੱਤਾ ਗਿਆ। ਕਾਹਦਾ ਕੇਸ ਦਰਜ ਕਰ ਦਿੱਤਾ ਗਿਆ, ਕਿਉਂ ਕੇਸ ਦਰਜ ਕਰ ਦਿੱਤਾ ਗਿਆ, ਇਹ ਹਜੇ ਸਾਰਾ ਕੁਛ ਹਨੇਰੇ 'ਚ ਹੈ।